वाहिगुरु जी का खालसा, वाहिगुरु जी की फतेह। मैं हरकिरत सिंह बल, स्टूडियो में साढ़े नाल मौजूद ने साढ़े सीनियर सत्कारयोग पत्रकार बलविंदर सिंह जम्मू जी। गुड मॉर्निंग संगत वेख रहे सारे स्रोतियों का तह दिलों स्वागत करते हैं। जम्मू जी गल कर रहे थी आर्थिकता की, वक् वक् जिहड़े असीं पहलुआं ते गल कर रहे थे, इस वेले जिहड़ी आर्थिकता है जॉब की वड्डी जिहड़ी बेरोजगारी दे नाल नाल ਭਾਵੇਂ ਜਿਹੜਾ ਕਰੋਨਾ ਕਾਲ ਹੋਵੇ ਜਾਂ ਨੋਟਬੰਦੀ ਹੋਵੇ, ਆਪਣੇ ਬਹੁਤ ਸਾਰੇ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ। ਇਸ ਵੇਲੇ ਮਹਿੰਗਾਈ ਵੱਧਦੀ ਜਾ ਰਹੀ ਹੈ, ਪੈਟਰੋਲ ਡੀਜ਼ਲ ਜਿਹੜੀ ਰੋਜ਼ਮਰ੍ਹਾ ਜ਼ਿੰਦਗੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਵਰਤੋਂ ਹੁੰਦੀ ਹੈ ਇੱਕ ਜਗ੍ਹਾ ਦੂਸਰੀ ਜਗ੍ਹਾ ਜਾਣ ਲਈ ਜਾਂ ਹੋਰ ਵੀ ਘਰੇਲੂ ਵਾਸਤਾਂ ਦੇ ਵਿੱਚ, ਇਹ ਵੱਡੀਆਂ ਜਿਹੜੀਆਂ ਜਿਸ ਤੋਂ ਬਿਨਾਂ ਅੱਜ ਲੱਗ ਰਿਹਾ ਜੀਵਨ ਸੰਭਵ ਨਹੀਂ, ਪੈਟਰੋਲ ਡੀਜ਼ਲ ਤੋਂ ਬਿਨਾਂ ਇੱਕ ਜਿਹੜੀ ਗਤੀ ਆ ਉਹ ਖੜ ਜਾਵੇਗੀ, ਫਿਰ ਮਹਿੰਗਾ ਪੰਜਾਬ ਦੇ ਵਿੱਚ ਹੋ ਰਿਹਾ ਜੀ, ਕੀ ਕਹਿਣਾ ਚਾਹੋਗੇ? देखो पंजाब सरकार की जिहड़ी आमदन है करोना काल दे विच घटी है। करोना दे विच आमदन क्योंकि सारा कुछ ही रुक गया, दोबारा फिर चलन लगा काम काज, पर हुण फिर जिहड़ी है होटलों तो सिनेमिया तो जां होर थावां तो जिहड़ा टैक्स आउणा सीगा जां आवाजाई तो भी आउंदा है वह सारा कुछ दोबारा फिर मतलब 11 जिलों दे विच तां बंद हो गया जिथे करफ्यू लग्या। तुसीं रेस्टोरेंट पहलां बंद कर देने हो, होटल पहलां बंद कर देने हो, उहदे नाल जिहड़ा उस पासों जिहड़ी टैक्स की आमदन आनी होंदी उह बंद हो गई है जी। तो इहदे नाल जिहड़ा जिथे तुसीं रात नूं करफ्यू लाता जिहड़ी इंडस्ट्री भी माड़ी मोटी चलती है वह भी बंद हो जाती है, तो सारा कुछ फिर जिहड़ा ना अद्धे पंजाब दे विच स्टैंड स्टिल हो गया जी। इहदे विच आमदन जिहड़ी है जिहड़े बजट दे विच टीचे मिथे सीगे वह काफ़ी पूरे नहीं होए, जिहड़े पैसा हुण क्योंकि आ हुण चोणां दा मामला हैगा जी, अगले साल फरवरी दे विच चोणां होणियां, ਤੁਸੀਂ ਆਹ ਲਾ ਲਓ ਵੀ ਹੁਣ ਅਪ੍ਰੈਲ ਚੱਲ ਰਿਹਾ ਹਾਂਜੀ, ਅਤੇ 8 ਮਹੀਨੇ ਜਿਹੜੇ ਆ ਇਹ ਤੋਂ ਬਾਅਦ ਰਹਿ ਜਾਂਦੇ ਆ ਕਿਉਂਕਿ ਦਸੰਬਰ ਦੇ ਵਿੱਚ ਕੋਡ ਆਫ ਕੰਡਕਟ ਲੱਗ ਜਾਣਾ ਹਾਂਜੀ, ਅਖੀਰ ਦੇ ਵਿੱਚ ਲੱਗ ਜਾਏਗਾ, ਅਤੇ ਇਸ ਕਰਕੇ ਜਿਹੜੇ 6-7 ਮਹੀਨੇ ਰਹਿ ਗਏ ਤਾਂ ਉਹਦੇ ਵਿੱਚ ਸਰਕਾਰ ਨੇ ਜਿਹੜਾ ਹੁਣ ਲੋਕਾਂ ਨੂੰ ਇਹ ਵੀ ਦੱਸਣਾ ਵੀ ਅਸੀਂ ਜਿਹੜੇ ਵਿਕਾਸ ਦੇ ਕੰਮ ਕਰ ਰਹੇ ਹਾਂ ਵਿਕਾਸ ਤੇਜ਼ੀ ਨਾਲ ਚੱਲ ਰਿਹਾ, ਹੁਣ ਵੀ ਜੇ ਗੱਲ ਕਰੋ ਕਿਸੇ ਮੰਤਰੀ ਨਾਲ ਉਹ ਕਹਿੰਦੇ ਹਾਂ ਤੁਸੀਂ ਪਿੰਡ ਜਾਓ, ਤੁਸੀਂ ਕਿਸੇ ਪਾਸੇ ਜਾਓ, ਵਿਕਾਸ ਦੇ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਜੀ। सरकार जिहड़ी आ इस साल दे विच लोकां नूं इह दिखाउणा चाहुंदी वी असीं जिहड़ा कम काज कर रहे हैं, विकास दे कम लगातार हो रहे, सड़कां बन रहीआं, गलियां नालियां बन रहीआं, होर जिहड़े डिवेलपमेंट दे कम जिहड़े बन रहे, उहदे लई सरकार ने अपनी आमदन वधाउण लई जिहड़ा 25 पैसे जिहड़ा पेट्रोल ते 25 पैसे डीजल ते इंफ्रास्ट्रक्चर जिहड़ा फंड है उहनूं सैस कह लो उह लाता जिहड़ा कि लागू हो गया। ਇਹਦੇ ਨਾਲ ਹੀ ਜਿਹੜੀ ਅਚਲ ਜਾਇਦਾਦ ਆ ਜਿਵੇਂ ਜ਼ਮੀਨ ਜਾਂ ਜਾਇਦਾਦਾਂ ਨੇ ਉਹਨਾਂ ਦੇ ਉੱਪਰ ਵੀ ਟੈਕਸ ਲਾ ਦਿੱਤਾ ਗਿਆ। ਇਹ ਸਾਰੇ ਦਾ ਲਾਉਣ ਦਾ ਮਨੋਰਥ ਹੈਗਾ ਪੈਸਾ ਇਕੱਠਾ ਕਰਨਾ, ਇਹ ਪੈਸਾ ਇਕੱਠਾ ਕਰਕੇ ਵਿਕਾਸ ਕੰਮਾਂ 'ਤੇ ਲਾਇਆ ਜਾਏਗਾ, ਇੱਕ ਹੱਥ ਚ ਲੈਣਾ ਦੂਜੇ 'ਚ ਦੇਣਾ, ਮਤਲਬ ਇਹ ਹੈਗਾ ਵੀ ਲੋਕਾਂ ਦੇ ਉੱਪਰ ਲੋਕਾਂ ਨੂੰ ਜਿਹੜਾ ਪੈਟਰੋਲ ਡੀਜ਼ਲ ਜਿਹੜਾ ਕਿ ਛੜੱਪੇ ਮਾਰ ਕੇ ਪਿਛਲੇ ਸਮੇਂ 'ਚ ਵਧਿਆ ਜੀ, ਕੇਂਦਰ ਸਰਕਾਰ ਨੇ ਵੀ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ, ਸਾਡੀ ਸਰਕਾਰ ਨੇ ਵੀ ਪੰਜਾਬ ਸਰਕਾਰ ਨੇ ਵੀ ਕੋਈ ਰਾਹਤ ਨਹੀਂ ਦਿੱਤੀ। ਲੋਕ ਤਵੱਕੋਂ ਕਰਦੇ ਸੀ ਵੀ ਇਹਦੇ 'ਤੇ ਸੈਸਰਾਂ ਹੀ ਬਹੁਤ ਪੈਸਾ ਆ ਰਿਹਾ, ਬੈਟਰਾਂ ਹੀ ਪੈਸਾ ਵਧਿਆ ਜੀ, ਵੀ ਉਹਨਾਂ ਨੂੰ ਕੋਈ ਰਾਹਤ ਮਿਲੇ, ਉਹਨਾਂ ਨੂੰ ਆਮ ਜਿਹੜਾ ਖਪਤਕਾਰ ਉਹਨੂੰ ਕੋਈ ਰਾਹਤ ਨਹੀਂ ਮਿਲੀ, ਉਲਟਾ ਉਹਦੇ ਉੱਪਰ ਜਿਹੜਾ ਟੈਕਸ ਲੱਗਣ ਲੱਗ ਗਿਆ। ਕੇਂਦਰ ਸਰਕਾਰ ਨੇ ਵੀ ਪਿਛਲੇ ਦਿਨ ਕੀਮਤਾਂ ਵਧਾਈਆਂ, ਫਿਰ ਦੁਬਾਰਾ ਜਿਹੜੇ ਉਹ ਕਹਿ ਦਿੰਦੇ ਵੀ ਸਾਡੇ ਤਾਂ ਕੀਮਤਾਂ ਕੰਟਰੋਲ 'ਚ ਹੀ ਨਹੀਂ, ਇਹ ਤਾਂ ਹੁਣ ਇੰਟਰਨੈਸ਼ਨਲ ਮਾਰਕੀਟ ਨਾਲ, ਇੰਟਰਨੈਸ਼ਨਲ ਮਾਰਕੀਟ ਦਾ ਕਿਹਾ ਹੀ ਜਾਂਦਾ ਪਰ ਮੈਨੂੰ ਨਹੀਂ ਲੱਗਦਾ ਵੀ ਇੰਟਰਨੈਸ਼ਨਲ ਮਾਰਕੀਟ ਨਾਲ ਜਿਵੇਂ ਜੁੜੀਆਂ ਉਵੇਂ ਦੀ ਗੱਲ ਜਿਹੜੀ ਆ ਉਹ ਹੋ ਰਹੀ ਹੈ ਜੀ, ਸਗੋਂ ਮਤਲਬ ਜੇ ਉਹ ਜਦੋਂ ਕੀਮਤਾਂ ਸਸਤੀਆਂ ਹੋਈਆਂ ਸੀਗੀਆਂ ਉਦੋਂ ਕਿਸਾਨਾਂ ਜਿਹੜੀ ਖਪਤਕਾਰ ਨੂੰ ਰਾਹਤ ਨਹੀਂ ਮਿਲੇਗੀ, ਉਦੋਂ ਵੀ ਰਾਹਤ ਤਾਂ ਲੈਣੀ ਚਾਹੀਦੀ ਨਾ ਜੀ, ਉਹ ਪੈਸਾ ਤੁਸੀਂ ਇਹ ਕਰ ਲਿਆ ਵੀ ਅਸੀਂ ਇੰਫਰਾਸਟ੍ਰਕਚਰ 'ਤੇ ਲਾ ਰਿਹਾ, ਮਤਲਬ ਲੋਕਾਂ ਨੂੰ ਕੋਈ ਰਾਹਤ ਜਿਹੜੀ ਆ ਉਹ ਨਹੀਂ ਮਿਲ ਰਹੀ। ਇਹਦੇ ਨਾਲ ਲੋਕਾਂ ਦੇ ਉੱਪਰ ਜਿਹੜਾ ਪੰਜਾਬ ਸਰਕਾਰ ਦਾ ਫੈਸਲਾ ਇਹਦੇ ਨਾਲ ਹੋਰ ਬਰਡਨ ਬਣੇ ਵਧੇਗਾ, ਅਤੇ ਇਹਦੇ ਨਾਲ ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਜਿਹੜਾ ਰੋਸ ਪੈਦਾ ਹੋਣਾ ਸੁਭਾਵਿਕ ਹੈ, ਸਰਕਾਰ ਕੋਈ ਰਾਹਤ ਦੇ ਹੀ ਨਹੀਂ ਰਹੀ। ਅਤੇ ਕਰੋਨਾ ਮਹਾਂਮਾਰੀ ਦੇ ਦੌਰ ਦੇ ਵਿੱਚ ਜਿਹੜੀ ਮਹਿੰਗਾਈ ਹੈ ਉਹ ਹੋਰ ਵਧੀ ਹੈ ਜੀ, ਮਤਲਬ ਜਿਹੜੀ ਇਨਫਲੇਸ਼ਨ ਹੈ ਉਹਦੀ ਦਰ ਵੀ ਵੱਧਦੀ ਜਾ ਰਹੀ ਅਤੇ ਉਹਦੇ ਨਾਲ ਮਹਿੰਗਾਈ ਵੀ ਵਧੀ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ, ਤੁਹਾਡਾ ਨਾਮ? ਸਤਿ ਸ਼੍ਰੀ ਅਕਾਲ ਹਰਕ੍ਰਿਤ ਬਲ, ਨਾਨ ਜੰਮੂ ਸਾਹਿਬ ਜੀ, ਮੈਂ ਦਸਾਂਜ ਜੀ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਤੁਹਾਡੀ, ਬੜਾ ਸੋਹਣਾ ਪ੍ਰੋਗਰਾਮ ਤੁਸੀਂ ਕਰ ਰਹੇ ਹੋ। ਮੈਂ ਇੱਕ ਤੋਂ ਚੀਜ਼ਾਂ ਇੱਕ ਤੁਹਾਤੋਂ ਉਹ ਜਾਣਕਾਰੀ ਲੈਣੀ ਚਾਹੁੰਦਾ ਕਿਉਂਕਿ ਤੁਸੀਂ ਦੇਸ਼ 'ਚ ਬੈਠੇ ਹਾਂ, ਕਿ ਮੈਂ ਸੁਣਿਆ ਕਿ ਇਹ ਜਿਹੜੇ 5 ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਰਹੀਆਂ, ਇਹਦੇ ਵਿੱਚ
बीजेपी ने मतलब तीन तीन लख रुपया लोगों नूं दिता या देण दा कोई वायदा किया वोटां पाउण वोटां लैण दी खातर कि इहदे च किन्नी सच्चाई आ तुसीं इहदे बारे दस्सिओ जां जिन्ना तुहानूं पता होवे। दूसरी गल आ कि इन्हां मुल्कां दे विच जिथे असीं पछमी देशां दे विच रहिंदे आ जी इत्थे शुरुआत दे विच जब धार्मिक स्थान बने तो इन्हों की सेहत बड़ी दुरुस्त सी और साढ़े आपस में भी इकट्ठ पैदा करते अज मैं समझदा कि इन हालात धार्मिक स्थान जेड़े बजाय के मतलब लोगों को इकट्ठे करने जेड़े साढ़े सही आदेश पंजाबी जेड़े सही मैसेज सीगे ओदे देने की बजाय असि सगो लोगों के वंड पा रहे हैं। जे गुरु नानक दा गल बारे जे उन्हां दे संदेश बारे जानन दी कोशिश करिए उन्हां ने लुट दे खिलाफ 16वीं सदी दे विच आवाज उठाई सी। इस मुल्क दे विच साढ़े बड़े मसले आ इंग्लैंड दी गल करदा मैं इत्थे रहना साढ़े नस्लवाद दा मसला बेकारी दा मसला एजुकेशन दे मसले आ और इत्थों तक के होर दूसरे जेड़े लोग साढ़े चिट्टे लोग उन्हां नालों साढ़े ज्यादा मसले आ बजाय कि जेड़े इत्थे रिलीजियस इंस्टीट्यूशन हैगे जे उन्हां दे बारे कोई गल करन इह सगों मतलब होर अंधविश्वासी दे विच लोगों नूं लैके जा रहे ने। इह बड़े दुख की गल आ। इंडियन वर्कर्स एसोसीएशन पुराने दिनों दे विच 60-70 दे दहाके दे विच जद किसी भी रेत नस्लवाद दे मसले दे नस्लवाद दा सब तों मोटा मसला साडा इत्थे नस्लवाद के मसले के उत्ते जे तुसीं लड़ना तो सानू सारे नूं इकट्ठे होने की जरूरत वा ना कि सिर्फ पंजाबी वर्ग के लोगों नूं सारे हिंदुस्तान दे वर्ग इंडिया दे वर्ग के लोगों नूं और काले लोगों नूं इकट्ठे होने की जरूरत आ। और नानक का यही संदेश सीगा कि जुल्म के खिलाफ डटो और हकां की खातर लड़ाई करो ते जे असीं आपस में ही इकट्ठे नहीं होंगे तो जे असीं आपस में इकट्ठे होने की बजाय लोगों नूं वंडदे हाँ तो मेरा ख्याल अस सक्सैसफुल नहीं होवांगे। ये जिहड़ा अंधविश्वास दे विचों सानू निकलने की जरूरत आ गई और ये मैं तो यही आस रखना इन्होंने लोगों को कि ये जेड़े जेड़े वंडा पाने वाले है ना वो जेड़े संदेश वो बंद करन ते लोगों नू कट्ठे करन वाली गल करन। गुरु नानक का यही संदेश सीगा कि किरत करो और साझीवालता पैदा करो। साझीवालता मतलब ये है कि कॉमन मीनस ऑफ प्रोडक्शन। जी जी बहुत मेहरबानी जी। जम्मू जी इन्होंने सवाल का जवाब जेड़े पैसे बनने 3-3 लाख रुपये देखो इन्हां चोणां दे विच पैसा वड्डे पद्धर ते खर्च हो रहा पर इस किस्म दे साडे कोल स्पैसिफिक जानकारी नहीं हैगी वी इह प्रति वोटर दित्ता जा रहा प्रति परिवार दित्ता जा रहा पैसे दी जरूर वरतों हो रही है पर साडे कोल जिन्ना चिर कोई स्पैसिफिक ना होवे उन्ना चिर असीं इहो जी कोई गल नहीं करना चाहुंदे बिना सबूत तों मतलब इहो जिहा पैसे दी जरूर भरमार जरूर हैगी है पर इह कहिणा कि पैसा जिहड़ा खास आ धिर वरत रही है मेरे ख्याल ये बारे असी नहीं बड़ा कुछ कह सकेंगे पर चर्चा जरूर हैगी किसी ना किसी भी बीजेपी जी भाई हुक एंड क्रुक जरा इस तरीके वाल अगे वध रही है पर जिन्ना चिर सबूतों की अणहोंद होवे उन्ना चिर ये गल असी नहीं कहनी चाहते जी। चर्चा जरूर हैगी है मतलब भी पैसा जरा काफ़ी वरतों जी हो रही है। इन्हां चोणां दे विच मतलब बीजेपी ने प्रधानमंत्री ने जिन्हें गेड़े ला रहे हो पूरा जोर लाया हुआ मतलब वो कई बार तो लगता भी ये देश के प्रधानमंत्री है जां एक पार्टी के ही आगू रह गए चोण प्रचार हाँ चोण प्रचार वेले सो इस तरीके दी गल्लां जिहड़ियां वो आ रही ने मतलब बंगाल दे विच उहदे नाल असाम दे विच फिर जिवें मतलब ये जिहड़ी अपना तमिलनाडु दे विच स्टालिन जिहड़े उत्थों दे मुख DMK दे आगू ने मेन आगू ने उहनां दी भैण दे घर दे उपर जिमें इनकम टैक्स ने छापे मारे जो भी छापेमारी की गई उन्हें कहा भी ठीक है तुम छापेमारी कर लो या ED के छापियां की गल कर लो तो असी जरा ते तो दबण वाले नहीं डरन वाले नहीं पिछे नहीं हटा अपना प्रचार उवें जारी रखा ज़्यादा ताकत न जारी रखा ये ठीक है हरबे वरते जा रहे इस तरीके से पर साढ़े को जी है इस तरीके की स्पैसीफिक जानकारी नहीं हैगी इस करके असी ये बारे पर सानू एक गल बड़ी चंगी लगती कि वोटर ने इन पंजां सूबियां दीआं चोणां दे विच वड्डे पद्धर ते शमूलियत की है जी मतलब बहुत ज़्यादा वोटां पाईआं एक चंगा रुझान हैगा जी। सत श्री अकाल जी तुहाडा स्वागत है जी।
ਹਾਂਜੀ ਬਲ ਸਾਹਿਬ ਤੁਹਾਨੂੰ ਤੇ ਜੰਮੂ ਸਾਹਿਬ ਨੂੰ ਤੁਹਾਡੇ ਸਟਾਫ ਨੂੰ ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੋਗਲ ਸਾਹਿਬ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੰਮੂ ਸਾਹਿਬ ਬੜੇ ਸੋਹਣੇ ਅੱਜ ਜਵਾਬ ਬਹੁਤ ਦੇ ਰਹੇ ਨੇ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਸਾਡੇ ਵੀਰ ਜੀ ਹੁਣੇ ਆਏ ਸੀਗੇ ਨਾ ਦਿਸਾਨ ਸਾਹਿਬ ਉਹਨਾਂ ਨੇ ਜਿਹੜਾ ਸਵਾਲ ਕੀਤਾ ਵੀ ਜਿਹੜਾ ਪੈਸਾ ਵੰਡਣ ਦੀ ਗੱਲ ਉਹਨਾਂ ਨੇ ਕੀਤੀ ਸੀਗੀ ਤੇ ਮੈਂ ਆਪਣਾ ਵਿਚਾਰ ਦੇਣਾ ਚਾਹੁੰਦਾ ਮੇਰੇ ਵੀਰ ਦਸਾਂਝ ਜੀ ਮੈਨੂੰ ਨੀ ਪਤਾ ਤੁਸੀਂ ਮੇਰੇ ਤੋਂ ਉਮਰ ਵਿੱਚ ਛੋਟੇ ਜਾਂ ਵੱਡੇ ਆ ਪਰ ਕੋਈ ਗੱਲ ਨੀ ਆਪਾਂ ਭਰਾ ਤਾਂ ਹੈਗੇ ਹੀ ਆ ਨਾ ਤੇ ਮੈਂ ਇਹ ਕਹਿਣਾ ਚਾਹੁੰਦਾ ਦਸਾਂਝ ਸਾਹਿਬ ਉਸ ਮੁਲਕ ਦੇ ਵਿੱਚ ਜਿੱਦਾਂ ਮੈਂ ਸੋਚਦਾ ਮੈਂ ਨੀ ਕਹਿੰਦਾ ਮੈਂ ਸਹੀ ਕਹਿ ਰਿਹਾ ਮੈਂ ਗਲਤ ਵੀ ਹੋਵਾਂਗਾ 99% ਹੋਵਾਂਗਾ ਪਰ ਜਿੱਦਾਂ ਮੈਂ ਦੇਖ ਰਿਹਾ ਹਾਂ ਪਰ ਉੱਥੇ ਇਹ ਪੈਸੇ ਵੰਡਣ ਦਾ ਜਾਂ ਸ਼ਰਾਬਾਂ ਵੰਡਣ ਦਾ ਇਹ ਜਿਹੜਾ ਸਿਸਟਮ ਆ ਉਹ ਖਤਮ ਨਹੀਂ ਹੋਣਾ ਜੀ ਬਹੁਤ ਮੁਸ਼ਕਲ ਵਾ ਜੇ ਉਹ ਦਸਾਂਝ ਸਾਹਿਬ ਮੇਰੇ ਵੀਰ ਜੇਕਰ ਉਹ ਸਿੱਧੇ ਤਰੀਕੇ ਨਾਲ ਪੈਸਾ ਨਾ ਵੰਡਣਗੇ ਸ਼ਰਾਬਾਂ ਨਾ ਵੰਡਣਗੇ ਅਸਿੱਧੇ ਤਰੀਕੇ ਨਾਲ ਵੰਡਣਗੇ ਉਹ ਜੀ ਤਾਂ ਕਿ ਲੋਕਾਂ ਨੂੰ ਦਿਸੇ ਨਾ ਉਹ ਚੋਰ ਮੋਰੀਆਂ ਸਾਰੀ ਸਾਰਾ ਹੋਏਗਾ ਉਹ ਕਿਉਂ ਹੋਏਗਾ ਉਸ ਮੁਲਕ ਦੇ ਵਿੱਚ ਦਸਾਂਝ ਸਾਹਿਬ ਉਹ ਤਾਂ ਹੋਏਗਾ ਕਿਉਂਕਿ ਉਸ ਮੁਲਕ ਦੇ ਵਿੱਚ ਇੱਕ ਢਾਂਚਾ ਆ ਜਿਹਨੂੰ ਆਪਾਂ ਸਿਸਟਮ ਕਹਿੰਦੇ ਇੰਗਲਿਸ਼ ਵਿੱਚ ਉਹ ਇਹ ਆ ਕਿ ਪੈਸਾ ਲਾਓ ਤੇ ਪੈਸਾ ਕਮਾਓ ਜਿੰਨਾ ਚਿਰ ਇਹ ਸਿਸਟਮ ਖਤਮ ਨਹੀਂ ਹੁੰਦਾ ਉਨਾ ਚਿਰ ਉੱਥੇ ਕਰਪਸ਼ਨ ਖਤਮ ਨਹੀਂ ਹੋ ਸਕਦੀ ਜੀ ਜੇਕਰ ਇਹਨਾਂ ਨੇ ਸੱਚਮੁੱਚ ਲੋਕ ਭਲਾਈ ਦੇ ਕੰਮ ਕਰਨੇ ਹੁੰਦੇ ਆ ਕਰਨੇ ਹੋਣ ਜਾਂ ਕਰਨ ਦੀ ਇਹਨਾਂ ਦੀ ਮਨਸ਼ਾ ਹੋਵੇ ਤਾਂ ਇਹਨਾਂ ਨੂੰ ਕੁਝ ਵੀ ਆ ਜਿਹੜੇ ਜੁਮਲੇਬਾਜ਼ੀਆਂ ਨੇ ਡਰਾਮੇਬਾਜ਼ੀਆਂ ਨੇ ਆ ਡੁਗਡੀਆਂ ਵਜਾਉਂਦੇ ਭੋਗਲ ਸਾਹਿਬ ਇਹਨਾਂ ਨੂੰ ਕਰਨ ਦੀ ਲੋੜ ਹੀ ਨੀ ਪੈਣੀ ਭੋਗਲ ਸਾਹਿਬ ਮੈਂ ਇੱਥੇ ਤੁਹਾਨੂੰ ਰੋਕਣਾ ਚਾਹੁੰਦਾ ਇਹਦੇ ਨਾਲ ਉਹਨਾਂ ਨੇ ਕੁਝ ਜਿਹੜੇ ਸਵਾਲ ਹੈ ਉਹ ਇੱਧਰ ਇੰਗਲੈਂਡ ਬਾਰੇ ਖੜੇ ਕੀਤੇ ਸੀ ਇੱਥੇ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਕਹਿੰਦੇ ਵੀ ਕਦੇ ਏਕਤਾ ਦਾ ਪ੍ਰਤੀਕ ਸੀ ਅੱਜ ਕੱਲ੍ਹ ਵੰਡ ਰਹੇ ਇਹਦੇ ਬਾਰੇ ਤੁਹਾਡਾ ਕਹਿਣਾ ਨਾ ਬਿਲਕੁਲ ਜੀ ਬਿਲਕੁਲ ਦਸਾਂਝ ਸਾਹਿਬ ਬਿਲਕੁਲ ਠੀਕ ਕਹਿ ਕੇ ਗਏ ਨੇ ਵੀ ਜੇ ਗੁਰਦੁਆਰਿਆਂ ਦੇ ਵਿੱਚ ਵੀ ਮੰਦਰਾਂ ਮਸਜਿਦਾਂ ਮਸੀਤਾਂ ਦੇ ਵਿੱਚ ਵੀ ਜੇਕਰ ਤੁਸੀਂ ਇਹੋ ਹੀ ਕੰਮ ਕਰਨਾ ਤੇ ਵੀ ਉੱਥੇ ਮੈਸੇਜ ਉੱਥੇ ਪਰਮਾਤਮਾ ਦਾ ਪੈਗਾਮ ਕਿਹੜਾ ਦੇਣਾ ਫਿਰ ਜੀ ਜੇ ਆਹੇ ਕੜੀ ਘੋਲਣੀ ਆ ਉੱਥੇ ਵੀ ਤੇ ਮੇਰਾ ਮਿੱਤਰ ਇੱਕ ਦਿਨ ਜੰਮੂ ਸਾਹਿਬ ਮੇਰਾ ਮਿੱਤਰ ਇੱਕ ਦਿਨ ਕਹਿੰਦਾ ਸੀਗਾ ਜਦੋਂ ਅਜੇ ਮੈਂ ਕੰਮ ਕਰਦਾ ਸੀ ਹੁਣ ਤੇ ਮੇਰੀ ਰਿਟਾਇਰਮੈਂਟ ਹੋਈ ਨੂੰ 14-15 ਵਰੇ ਹੋ ਗਏ ਨੇ ਜੀ ਉਹ ਮੈਨੂੰ ਇੱਕ ਦਿਨ ਕਹਿੰਦਾ ਬਾਬਾ ਸਾਹਿਬ ਜੰਮੂ ਸਾਹਿਬ ਉਹ ਕਹਿੰਦਾ 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 ਭੋਗਲ ਸਾਹਿਬ ਯਾਰ ਮੈਂ ਹੈਰਾਨ ਬਹੁਤ ਹਾਂ ਮੈਂ ਕਿਹਾ ਕਿਉਂ ਹੈਰਾਨ ਵਾ ਤੂੰ ਕਹਿੰਦਾ ਦੇਖੋ ਕਹਿੰਦਾ ਗੋਰਿਆਂ ਦਾ ਕੀ ਹਾਲ ਹੋਇਆ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਦੇਖੋ ਜੀ ਇਹਨਾਂ ਦੇ ਕਹਿੰਦਾ ਚਰਚ ਬੰਦ ਹੁੰਦੇ ਜਾਂਦੇ ਆ ਅਸੀਂ ਉਹ ਚਰਚ ਮੁੱਲ ਲੈ ਕੇ ਅਸੀਂ ਗੁਰਦੁਆਰੇ ਬਣਾਈ ਜਾਂਦੇ ਹਾਂ ਅਸੀਂ ਮੰਦਰ ਮਸੀਤਾਂ ਬਣਾਈ ਜਾਂਦੇ ਹਾਂ ਤਾਂ ਮੈਂ ਕਿਹਾ ਫਿਰ ਇਹਦੇ ਨਾਲ ਕੀ ਮੈਂ ਕਿਹਾ ਇਹਨਾਂ ਦਾ ਇਹ ਬੁਰਾ ਹਾਲ ਕੀ ਹੋ ਗਿਆ ਇਹਨਾਂ ਦਾ ਗੋਰਿਆਂ ਦਾ ਤੇ ਕਹਿੰਦੇ ਹੋਰ ਕੀ ਹੋਇਆ ਇਹ ਮੈਂ ਕਿਹਾ ਮੇਰੀ ਗੱਲ ਸੁਣ ਇਹਨਾਂ ਨੂੰ ਦਰਅਸਲ ਇਹਨਾਂ ਲੋਕਾਂ ਨੂੰ ਮੈਜੋਰਿਟੀ ਦੇ ਮੈਜੋਰਿਟੀ ਕਰਕੇ ਬਹੁਤ ਬਹੁਤ ਗਿਣਤੀ ਦੇ ਵਿੱਚ ਇਹਨਾਂ ਨੂੰ ਇਹ ਚਰਚਾਂ ਦੀ ਲੋੜ ਹੀ ਨਹੀਂ ਸੀ ਜੀ ਕੁਦਰਤ ਅਸੀਂ ਜੋ ਕੁਛ ਗੁਰਦੁਆਰਿਆਂ ਚ ਮੰਦਰਾਂ ਚ ਮਸੀਤਾਂ ਚ ਲੈਣ ਜਾਂਦੇ ਹਾਂ ਪਰਮਾਤਮਾ ਨੇ ਇਹਨਾਂ ਨੂੰ ਪਹਿਲਾਂ ਹੀ ਸਾਰਾ ਕੁਝ ਦਿੱਤਾ ਹੋਇਆ ਫਿਰ ਉਹ ਸਮਝ ਗਿਆ ਮੈਂ ਕਿਹਾ ਜੇ ਆਹ ਜਿਹੜਾ ਗੱਲ ਦਸਾਂਝ ਜੀ ਕਹਿ ਕੇ ਗਏ ਨੇ ਬਿਲਕੁਲ ਠੀਕ ਵਾ ਮੰਦਰਾਂ ਮਸੀਤਾਂ ਗੁਰਦੁਆਰਿਆਂ ਦੇ ਵਿੱਚ ਉਹੀ ਕੜੀ ਘੋਲਣੀ ਆ ਪਰਮਾਤਮਾ ਦਾ ਮੈਸੇਜ ਜਿਹੜਾ ਪੈਗਾਮ ਆ ਉਹ ਦੇਣਾ ਕਿਹਨੂੰ ਆ ਫਿਰ ਜੰਮੂ ਸਾਹਿਬ ਸਮਝ ਗਏ ਨਾ ਇਸ ਕਰਕੇ ਪੈਗਾਮ ਆਉਣਾ ਨਾਮ ਜਪਣਾ ਵੰਡ ਛਕਣਾ ਧਰਮ ਦੀ ਕਿਰਤ ਕਰਨੀ ਉਹਨੂੰ ਪ੍ਰੈਕਟੀਕਲ ਰੂਪ ਵਿੱਚ ਲੈ ਕੇ ਆਉਣਾ ਪੈਣਾ ਆ ਉਹਨੂੰ ਲਾਗੂ ਕਰਨਾ ਪੈਣਾ ਆਪਣੇ ਜੀਵਨ ਦੇ ਵਿੱਚ ਤਾਂ ਜਾ ਕੇ ਜੀਵਨ ਬਣਨਾ ਤੇ ਆ ਜਿਵੇਂ ਸ਼ਰਾਬਾਂ ਕਹਿੰਦੇ ਜੀ ਬੰਦ ਹੋ ਗਈਆਂ ਆ ਜੀ ਆਹ ਨੀ ਕਰਨਾ ਉੱਥੇ ਇਹ ਬੰਦ ਹੋਣਾ ਬਹੁਤ ਮੁਸ਼ਕਲ ਵਾ ਜੰਮੂ ਸਾਹਿਬ ਜੀ ਬਹੁਤ ਕਿਉਂਕਿ ਜਿੰਨਾ ਚਿਰ ਸਿਸਟਮ ਨੀ ਸਾਫ਼ ਹੁੰਦਾ ਸਿਸਟਮ ਸਾਫ਼ ਨੀ ਹੁੰਦਾ ਕਿਉਂਕਿ ਬਿਮਾਰ ਹੋ ਚੁੱਕੀ ਆ ਜਾਂ ਆਪਾਂ ਇਉਂ ਕਹਿ ਲਈਏ ਦੂਸਰੇ ਸ਼ਬਦਾਂ ਦੇ ਵਿੱਚ ਜਦੋਂ ਇਨਸਾਨ ਵਿੱਚੋਂ ਇਨਸਾਨ ਅੱਗੇ ਵੀ ਮੈਂ ਇਹ ਗੱਲ ਕਹਿਣਾ ਕਿਉਂਕਿ ਇਹ ਗੁਰਬਾਣੀ ਦੀ ਰੋਸ਼ਨੀ ਚ ਮੈਂ ਗੱਲ ਕਰ ਰਿਹਾ ਸ਼ਬਦਾਵਲੀ ਜ਼ਰੂਰ ਮੇਰੀ ਆ ਪਰ ਸੰਦੇਸ਼ ਆਦੇਸ਼ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਦਾ ਇਹਦੇ ਵਿੱਚ ਵੀ ਜਦੋਂ ਇਨਸਾਨ ਵਿੱਚੋਂ ਇਨਸਾਨੀਅਤ ਗਾਇਬ ਹੋ ਜਾਂਦੀ ਆ ਤੇ ਉਹ ਇਨਸਾਨ ਇਨਸਾਨ ਨਹੀਂ ਰਹਿੰਦਾ ਉਹ ਸ਼ੈਤਾਨ ਬਣ ਜਾਂਦਾ ਜੀ ਤੇ ਸ਼ੈਤਾਨ ਦੀ ਓਪਰੇਸ਼ਨ ਤੇ ਉਹ ਭਗਵਾਨ ਨੂੰ ਵੀ ਵੰਗਾਰਨ ਲੱਗ ਪੈਂਦੇ ਜਿਵੇਂ ਅੱਜ ਵੰਗਾਰ ਰਹੇ ਨੇ ਸਾਡੇ ਲੀਡਰ ਉੱਥੇ ਦੇ ਜੀ ਉਹਨਾਂ ਨੂੰ ਗੁਰੂ ਦਾ ਤੇ ਵਾਹਿਗੁਰੂ ਦਾ ਜਰਾ ਭੋਰਾ ਵੀ ਡਰ ਨਹੀਂ ਹੈ ਤੇ ਇਹ ਤੋਂ ਇਹ ਸਾਬਤ ਨਹੀਂ ਹੋ ਜਾਂਦਾ ਕਿ ਇਹ ਲੋਕ ਸ਼ੈਤਾਨ ਨੇ ਇਨਸਾਨ ਨਹੀਂ ਰਹੇ ਉਹ ਠੀਕ ਹੈ ਜੀ ਉਹ ਤਾਂ ਲੜਾਈ ਆ ਨਾ ਹੁਣ ਚੱਲਦੀ ਰਹੇਗੀ ਲੜਾਈ ਲੋਕ ਲੜਨਗੇ ਜੀ ਹਾਂਜੀ ਸ਼ੈਤਾਨ
ਭਗਵਾਨ ਭਗਵਾਨ ਦਾ ਤੇ ਸ਼ੈਤਾਨ ਦਾ ਝਗੜਾ ਤੇ ਇਹਦੇ ਆਦਿ ਕਾਲ ਤੋਂ ਜੰਮੂ ਸਾਹਿਬ ਤੁਸੀਂ ਪੜ੍ਹ ਇਤਿਹਾਸ ਪੜ੍ਹ ਲਓ ਚਾਹੇ ਸਾਡਾ ਪੜ੍ਹ ਲਓ ਹਿੰਦੂਆਂ ਦਾ ਪੜ੍ਹ ਲਓ ਇਸਲਾਮ ਦਾ ਪੜ੍ਹ ਲਓ ਸ਼ੈਤਾਨ ਤੇ ਭਗਵਾਨ ਦਾ ਜਾਂ ਆਪਾਂ ਕਹਿ ਲਈਏ ਮਾਇਆ ਤੇ ਮਾਲਕ ਦਾ ਝਗੜਾ ਤੇ ਆਦਿ ਕਾਲ ਤੋਂ ਹੀ ਚੱਲਦਾ ਆ ਰਿਹਾ ਜੀ ਹੈ ਕਿ ਨਾ ਜੀ ਇਸ ਕਰਕੇ ਜੇ ਅਸੀਂ ਅਸੀਂ ਗੁਰੂ ਨਾਨਕ ਦੇ ਫਲਸਫੇ ਦੇ ਚੱਲੀਏ ਤੇ ਫਿਰ ਕੋਈ ਸੁਧਾਰ ਆ ਸਕਦਾ ਫਿਰ ਆ ਜਿਹੜਾ ਜੀਵਨ ਜੀਵਨ ਬਣ ਸਕਦਾ ਆ ਦੁਨੀਆਂ ਜਿਹੜੀ ਆ ਧਰਤੀ ਸਾਜੀ ਸੀ ਧਰਮ ਕਮਾਉਣ ਖਾਤਰ ਜਿਹੜੇ ਮਹਾਰਾਜ ਕਹਿੰਦੇ ਨੇ ਤੇ ਇੱਥੇ ਸਾਰਾ ਕੁਛ ਸਵਰਗ ਬਣ ਜਾਏਗਾ ਪੈਰਾਡਾਈਜ਼ ਜਿਹਨੂੰ ਗੋਰੇ ਕਹਿੰਦੇ ਨੇ ਪੈਰਾਡਾਈਜ਼ ਬਣ ਜਾਏਗਾ ਪਰ ਲੇਕਿਨ ਉਹਨੂੰ ਬਣਾਉਣ ਵਾਸਤੇ ਜਿਵੇਂ ਜੰਮੂ ਸਾਹਿਬ ਨੇ ਇੱਕ ਪਹਿਲਾਂ ਗੱਲ ਕੀਤੀ ਸੀਗੀ ਵੀ ਆਪਣ ਹੱਥੀ ਆਪਣਾ ਆਪੇ ਹੀ ਸਵਾਰੀਏ ਜੀ ਉਹ ਆਪ ਕਰਨਾ ਪੈਣਾ ਉਹ ਕਰਨਾ ਪੈਣਾ ਇਮਾਨਦਾਰੀ ਨੂੰ ਪੱਲੇ ਬੰਨ ਕੇ ਇਮਾਨਦਾਰ ਬਣ ਕੇ ਇਨਸਾਨ ਬਣ ਕੇ ਚੱਲੀਏ ਤੇ ਫਿਰ ਰੌਲਾ ਕੋਈ ਨੀ ਜੀ 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 ਭੋਗਲ ਸਾਹਿਬ ਜੀ ਹਾਜ਼ਰੀ ਲਾ ਲਿਓ ਬਲ ਸਾਹਿਬ ਜੀ 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 ਹਾਜ਼ਰੀ ਲਾਉਣ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਜੰਮੂ ਜੀ ਚੋਣਾਂ ਦੀ ਗੱਲ ਚੱਲ ਰਹੀ ਹੈ ਚੋਣਾਂ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਜਾਣਕਾਰੀ ਲੈਣਾ ਚਾਹੁੰਦੇ ਹਾਂ ਟੀ ਐਮ ਸੀ ਆਗੂ ਦੇ ਕੋਲੋਂ ਜਿਹੜੀਆਂ ਈ ਵੀ ਐਮ ਮਸ਼ੀਨਾਂ ਮਿਲੀਆਂ ਇਹ ਤੋਂ ਪਹਿਲਾਂ ਈ ਵੀ ਐਮ ਅਸਾਮ ਦੇ ਵਿੱਚ ਦੀਮਾ ਹਸਾਊ ਜ਼ਿਲ੍ਹੇ ਦੇ ਵਿੱਚ 90 ਵੋਟਰ ਸੀ 181 ਵੋਟਾਂ ਜਿਹੜੀਆਂ ਪੈਂਦੀਆਂ ਨੇ ਪੰਜ ਅਧਿਕਾਰੀ ਸਸਪੈਂਡ ਵੀ ਹੁੰਦੇ ਨੇ ਉਹ ਤੋਂ ਪਹਿਲਾਂ ਇੱਕ ਬੀ ਜੇ ਪੀ ਦੇ ਜਿਹੜੇ ਵਿਧਾਇਕ ਨੇ ਉਹਦੀ ਗੱਡੀ 'ਚੋਂ ਈ ਵੀ ਐਮ ਮਿਲਦੀ ਹੈ ਉਸ ਦੇ ਬਾਰੇ ਸਵਾਲ ਦਿਓ ਜੀ ਪਹਿਲਾਂ ਫੋਨ ਕਾਲ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਨਾਮ ਗੁਰਦੁਆਰਿਆਂ ਦੀ ਸਿਆਸਤ ਜਿਹੜੀ ਆ ਉਹ ਸਿਰਫ ਧਰਮ ਪ੍ਰਚਾਰ ਤੋਂ ਹਟ ਕੇ ਸਿਰਫ ਆਪਣੇ ਅਹੁਦੇ ਨੂੰ ਬਰਕਰਾਰ ਰੱਖਣ ਲਈ ਆਪਣੇ ਗੁਰਬਾ ਜੀ ਦੀ ਨਿੱਜੀ ਹਿੱਤਾਂ ਲਈ ਵਰਤੋਂ ਦੀ ਆਪਣੇ ਗਰੁੱਪ ਬਾਜੀ ਲਈ ਬਣਦੀਆਂ ਆਪਣੇ ਅਹੁਦਿਆਂ ਨੂੰ ਆਪਣੀਆਂ ਮਫਾਦ ਨੂੰ ਲੈ ਕੇ ਆਪਣੇ ਆਪਣੇ ਗਰੁੱਪਾਂ ਦੀ ਤਰਜਮਾਨੀ ਕਰਦੀਆਂ ਕੋਈ ਵੀ ਸਿਹਰਦ ਹੋ ਕੇ ਕੌਮ ਦਾ ਵਫ਼ਾਦਾਰ ਨਹੀਂ ਬਣਦਾ ਜੀ ਜਿਹਦੀ ਅੱਜ ਲੋੜ ਹੈ ਸਾਨੂੰ ਆਪਣਾ ਆਪ ਤਿਆਗ ਕੇ ਆਪਣੇ ਕੌਮ ਦੇ ਲਈ ਖੜੇ ਹੋਈਏ ਸਾਰੇ ਲੋਕ ਜਦੋਂ ਇਸ ਕੁਰਸੀ ਤੇ ਬਹਿੰਦੇ ਆ ਉਹਨਾਂ ਨੂੰ ਚੇਤਾ ਭੁੱਲ ਜਾਂਦਾ ਕਿ ਮੈਂ ਕਿਹੜੇ ਮਕਸਦ ਲਈ ਇਹ ਜਿਹੜੀ ਇਲੈਕਸ਼ਨ ਜਾਂ ਗੁਰਦੁਆਰੇ ਦਾ ਪ੍ਰਧਾਨ ਜਾਂ ਨਸਿਹਤਰ ਬਣਿਆ ਜੀ ਇੰਨੀ ਨੌਲੇਜ ਨਹੀਂ ਹੁੰਦੀ ਉਹਨਾਂ ਕੋਲ ਨੌਲੇਜ ਹੈ ਨੀ ਕਿਸੇ ਕੋਲ ਵੀ ਜਿਹੜੀ ਸਿੱਖੀ ਦੀ ਨੌਲੇਜ ਚਾਹੀਦੀ ਆ ਉਹ ਹੈ ਨਹੀਂ ਉਹਦੀ ਬਹੁਤ ਜ਼ਰੂਰਤ ਹੈ ਕੱਲੇ ਗਾਤਰੇ ਪਾ ਲੈਣੇ ਅੰਮ੍ਰਿਤ ਛੱਕ ਕੇ ਚਿੱਟੇ ਕੁੜਤੇ ਤੇ ਗੋਲ ਪੱਗਾਂ ਬੰਨ ਕੇ ਜਾਂ ਤਿੱਖੀਆਂ ਪੱਗਾਂ ਬੰਨ ਕੇ ਕੌਮ ਦੀ ਵਫ਼ਾਦਾਰੀ ਨਹੀਂ ਹੋ ਸਕਦੀ ਕੌਮ ਦੀ ਵਫ਼ਾਦਾਰੀ ਤਾਂ ਹੋ ਸਕਦੀ ਹੈ ਪ੍ਰਚਾਰ ਤਾਂ ਹੋ ਸਕਦਾ ਜੇ ਅੰਦਰ ਦੀਵਾ ਜਗਦਾ ਮਨ ਵਿੱਚ ਸ਼ਰਧਾ ਤੇ ਪ੍ਰੇਮ ਭਾਵਨਾ ਹੈਗੀ ਆ ਜੀ ਮੈਂ ਇੱਕ ਛੋਟੀ ਜਿਹੀ ਕਵਿਤਾ ਲਿਖੀ ਸੀ ਜੀ ਸੁਣਾਓ ਜੀ ਮੈਨੂੰ ਜੋ ਕੁਝ ਕਹਿਣਾ ਕਹਿ ਲਓ ਥੋੜਾ ਬਹੁਤਾ ਫੰਡ ਵੀ ਲੈ ਲਓ ਸੁਣ ਲਓ ਇੱਕ ਬੇਨਤੀ ਮੇਰੀ ਅੱਜ ਤੋਂ ਕਹਿ ਦਿਓ ਕੁਰਸੀ ਤੇਰੀ ਹੋਰ ਕੋਈ ਤੁਸੀਂ ਗੱਲ ਨਹੀਂ ਕਹਿਣਾ ਲੋਕੀ ਜੋ ਕਹਿੰਦੇ ਕਹਿਣ ਦਿਓ ਮਸਾਂ ਮਸਾਂ ਮੈਨੂੰ ਮਿਲੀ ਆ ਕੁਰਸੀ ਉੱਤੇ ਯਾਰੋ ਬਹਿਣ ਦਿਓ ਵਾਖੂ ਹੁਣ ਮੈਂ ਰੱਖੂ ਇਹਨੂੰ ਫੜ ਕੇ ਜਦ ਮੈਂ ਬੈਠਾ ਉੱਤੇ ਚੜ ਕੇ ਮੈਂ ਇਹਦੀ ਖਾਤਰ ਹੋਣਾ ਹੋਰ ਮੈਂ ਕਿਹੜੀਆਂ ਦੌੜਾਂ ਲਾਉਣਾ ਇਸ ਤੋਂ ਵੱਧ ਕੇ ਕੁਝ ਨੀ ਮੈਨੂੰ ਲੋਕੀ ਕਹਿੰਦੇ ਜੋ ਕਹਿਣ ਦਿਓ ਮਸਾਂ ਮਸਾਂ ਮੈਨੂੰ ਮਿਲੀ ਆ ਕੁਰਸੀ ਹੁਣ ਤੇ ਯਾਰੋ ਕਹਿਣ ਦਿਓ ਜੀ ਗੱਲ ਇਹ ਮੇਰੇ ਖਿਆਲ ਕਵਿਤਾ ਜਿੰਨੀ ਮਰਜ਼ੀ ਸੁਣਾ ਦਿਓ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਤੁਹਾਡਾ ਜਿਹੜਾ ਆਪਾਂ ਸੁਨੇਹਾ ਉਹ ਤੇ ਧਾਰਮਿਕ ਕੁਰਸੀਆਂ ਹੋਣ ਰਾਜਨੀਤਿਕ ਹੋਣ ਉਹ ਸਾਰਾ ਸੁਨੇਹਾ ਦਰਸ਼ਕਾਂ ਤੱਕ ਵੀ ਪੁੱਜ ਗਿਆ ਸਾਡੇ ਤੱਕ ਵੀ ਪੁੱਜ ਗਿਆ ਜੀ ਹਾਜ਼ਰੀ ਲਾਉਣ ਲਈ ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਵਾਹ ਖੂਬ ਕਵਿਤਾ ਸੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਜੰਮੂ ਜੀ ਇੱਕ ਮਿੰਟ ਦਿਓ ਜੀ ਗਿੱਲ ਸਾਹਿਬ ਬਣ ਕੇ ਆਵਾਜ਼ ਜਦੋਂ ਕੌਮ ਦੀ ਕੋਈ ਆਉਂਦਾ ਲੀਡਰ ਉਸ ਨੂੰ ਕੌਮ ਦਾ ਬਣਾਇਆ ਜਾਂਦਾ ਜੀ ਵੱਡੇ ਵੱਡੇ ਨਾਰਿਆਂ ਨਾਲ ਸਵਾਗਤ ਉਹਦਾ ਕਰਕੇ ਥਾਂ ਥਾਂ ਸਟੇਜਾਂ ਤੇ ਨਾਚ ਮੁਕਾਇਆ ਜਾਂਦਾ ਜੀ ਮੰਨ ਲਵੇ ਕਹਿਣਾ
ਜੇ ਕਹਿੰਦੇ ਉਹਨੂੰ ਆਗੂ ਸੰਗਤਾਂ ਤੇ ਸਤਿਕਾਰ ਉਹਦਾ ਬੜਾ ਕਰਵਾਇਆ ਜਾਂਦਾ ਹੈ। ਸਮਝੇ ਨਾ ਗੱਲ ਅਨਪੜ੍ਹ ਲੋਕਾਂ ਦੀ ਫਤਵਾ ਗਦਾਰੀ ਦਾ ਉਹਦੇ ਤੇ ਲਵਾਇਆ ਜਾਂਦਾ ਹੈ। ਥੋੜੇ ਚਿਰ ਵਿੱਚ ਬਦਨਾਮ ਇੰਨਾ ਕਰਕੇ ਮਾਰ ਮਾਰ ਧੱਕੇ ਲੀਡਰੀ ਤੋਂ ਕਢਾਇਆ ਜਾਂਦਾ ਹੈ। ਥੋੜੀ ਬਹੁਤੀ ਬਚ ਜਾਏ ਇੱਜ਼ਤ ਉਸ ਬੰਦੇ ਦੀ, ਪੈਸੇ ਦਾ ਫਿਰ ਦੋਸ਼ ਉਸ ਉੱਤੇ ਲਾਇਆ ਜਾਂਦਾ ਜੀ। ਬੰਦੇ ਨੂੰ ਜਲੀਲ ਕਰਕੇ ਖੜ ਲੈਂਦੇ ਆ। ਚੰਗਾ ਬੰਦਾ ਵੀ ਹੋਵੇ ਚਾਹੇ ਮਾੜਾ ਹੋਵੇ, ਪਰ ਅੱਜ ਕੱਲ ਜਿਹੜੀ ਯੂਟੀ ਬਣੀ ਆ ਉਹਨਾਂ ਲੋਕਾਂ ਦੀ ਆ ਜਿਹੜੇ ਸਿਰਫ ਅੰਦਰੋਂ ਖਾਲੀ ਆ ਬਾਹਰੋਂ ਸਰਕਾਰ ਬਣੇ ਆ, ਜਿਹਨਾਂ ਨੇ ਸਾਡੀ ਕੌਮ ਦਾ ਬੇੜਾ ਗਰਕ ਕੀਤਾ ਜੀ। ਗਿੱਲ ਸਾਹਿਬ ਤੁਹਾਡੇ ਵਡਮੁੱਲੇ ਵਿਚਾਰ ਨੇ, ਆਉਣ ਵਾਲੇ ਦਿਨਾਂ 'ਚ ਜੁੜੇ ਰਹੋ, ਇਸ ਵੇਲੇ ਸਮਾਂ ਜਾਚ ਨਹੀਂ ਦੇ ਰਿਹਾ ਜੀ, ਮਾਫ਼ੀ ਚਾਹੁੰਦੇ ਹਾਂ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜੀ ਜੰਮੂ ਜੀ, ਦੇਖੋ ਵਿਚਾਰ ਤਾਂ ਇਹਨਾਂ ਤੋਂ ਪਹਿਲਾਂ ਵੀ ਜਿੱਦਾਂ ਕਿਹਾ ਸੀ ਵੀ ਜਿਹੜਾ ਇੰਗਲੈਂਡ ਆ ਉਹਨੂੰ ਨਸਲਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਜੀ। ਨਸਲਵਾਦ ਦੇ ਖਿਲਾਫ਼ ਇੱਕਜੁੱਟ ਹੋ ਕੇ ਲੜਾਈ ਲੜਨ ਦੀ ਲੋੜ ਹੈਗੀ ਇੰਗਲੈਂਡ ਦੇ ਅੰਦਰ। ਇਹ ਜਿਹੜੀ ਆ ਇਹਦੇ ਖਿਲਾਫ਼ ਕਈ ਵਾਰੀ ਪਹਿਲਾਂ ਵੀ ਮਾਮਲੇ ਉੱਠਦੇ ਰਹੇ ਨਸਲਵਾਦ ਦੇ ਖਿਲਾਫ਼, ਜਿਹੜਾ ਸਾਡੇ ਜਿਹੜੇ ਏਸ਼ੀਅਨ ਮੂਲ ਦੇ ਲੋਕ ਆ ਉਹ ਇਕੱਠੇ ਹੋ ਕੇ ਲੜਦੇ ਰਹੇ, ਪਰ ਜਦੋਂ ਏਸ਼ੀਅਨ ਮੂਲ ਦੇ ਇਕੱਠੇ ਹੁੰਦੇ ਆ ਉਹ ਤੋਂ ਬਾਅਦ ਜਦੋਂ ਕੋਈ ਬਾਹਰ ਲੜਾਈ ਨਾ ਰਹਿ ਜੇ ਫਿਰ ਹੌਲੀ 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 ਅੰਦਰ ਲੜਾਈ ਸਾਡੀ ਆ ਜਾਂਦੀ ਹੈ। ਅਤੇ ਫਿਰ ਉਹ ਜਿਹੜੀ ਆ ਸਿੱਖੀ ਦੇ ਵਿੱਚ, ਜਿਹੜੇ ਅੱਜ ਕਿਉਂਕਿ ਗੱਲ ਸਿੱਖੀ ਦੇ ਵਿੱਚ ਹੋਈ ਆ ਇਹ ਫਿਰ ਜਾਤ ਪਾਤ 'ਤੇ ਆ ਜਾਂਦੀ ਹੈ, ਫਿਰ ਜਾਤ ਪਾਤ 'ਤੇ ਆਧਾਰ ਗੁਰਦੁਆਰੇ ਬਣਨ ਲੱਗ ਜਾਂਦੇ। ਜਦੋਂ ਇਹ ਕੰਮ ਸ਼ੁਰੂ ਹੁੰਦਾ ਉਦੋਂ ਬਾਬੇ ਨਾਨਕ ਦੀ ਬਾਣੀ ਬਹੁਤ ਪਿੱਛੇ ਰਹਿ ਜਾਂਦੀ ਹੈ, ਜਿਹੜੀ ਕਿ ਸਭੇ ਸਾਂਝੀ ਵਾਲ ਸਦੈਣ ਦਿਸੇ ਨਾ ਬਾਹਰਾ ਜੀਓ ਜਾਂ ਜਿਹੜਾ ਸੰਦੇਸ਼ ਦਿੰਦੀ ਆ ਕਿ ਸਾਰੇ ਲੋਕ ਜਿਹੜੇ ਆ ਇੱਕ ਨੇ, ਕੋਈ ਜਾਤ ਪਾਤ ਵਾਲਾ ਨਹੀਂ ਹੈਗਾ। ਮਤਲਬ ਜੇ ਜਾਤ ਪਾਤ ਦੇ ਅਨੁਸਾਰ ਚੱਲਣਾ ਫਿਰ ਸਿੱਖੀ ਦਾ ਤਾਂ ਮਾਮਲਾ ਪਿੱਛੇ ਰਹਿ ਗਿਆ ਨਾ, ਬਾਬੇ ਨਾਨਕ ਦਾ ਸੰਦੇਸ਼ ਵੀ ਪਿੱਛੇ ਰਹਿ ਗਿਆ। ਇਸ ਕਰਕੇ ਗੁਰਦੁਆਰੇ ਬਣਦੇ ਆ ਜਿਹੜੇ, ਇਹਦੇ ਤੋਂ ਗੁਰਦੁਆਰਾ ਜਾਤ ਪਾਤ ਦੇ ਨਾਂ ਦੇ ਉੱਪਰ ਇੱਕ ਬਣਨਾ ਇਹ ਬਹੁਤ ਮਾੜੀ ਗੱਲ ਹੈ, ਇਹ ਰੁਕਣਾ ਚਾਹੀਦਾ। ਇਹ ਭਾਵੇਂ ਸਾਡੇ ਇੱਧਰ ਹੈ ਭਾਵੇਂ ਉੱਧਰ ਹੈ, ਇਹ ਸਾਰੇ ਥਾਵਾਂ 'ਤੇ ਬੰਦ ਕਰਨ ਦੀ ਲੋੜ ਹੈਗੀ ਆ ਜੀ, ਤਾਂ ਕਿ ਜਿਹੜਾ ਗੁਰਬਾਣੀ ਦਾ ਸਹੀ ਸੰਦੇਸ਼ ਜਾਵੇ। ਜਿਹੜੇ ਲੋਕ ਗੁਰਬਾਣੀ ਨੂੰ ਮੰਨਣ ਵਾਲੇ ਆ ਕੇਵਲ ਬਾਣੇ 'ਤੇ ਨਹੀਂ ਗੱਲ ਰਹਿਣੀ ਚਾਹੀਦੀ, ਗੱਲ ਬਾਣੀ ਦੀ ਹੋਣੀ ਚਾਹੀਦੀ ਆ ਵੀ ਬਾਣੀ ਵੀ ਉਹਨਾਂ ਨੂੰ ਆਉਂਦੀ ਜਾਂ ਨਹੀਂ ਆਉਂਦੀ, ਉਹ ਉਹਨਾਂ ਦੀਆਂ ਸਿੱਖਿਆਵਾਂ 'ਤੇ ਚੱਲਦੇ ਕਿ ਨਹੀਂ ਚੱਲਦੇ। ਮਤਲਬ ਬੁਨਿਆਦ ਇਹ ਹੈ, ਬੁਨਿਆਦ ਤੋਂ ਜੇ ਕੋਈ ਵੀ ਥਿੜਕ ਜਾਏਗਾ ਉਹ ਸਹੀ ਨਤੀਜਿਆਂ 'ਤੇ ਨਹੀਂ ਪਹੁੰਚੇਗਾ। ਇਹ ਸਮੱਸਿਆ ਜਿਹੜੀ ਸਾਡੇ ਇੱਧਰ ਵੀ ਆ ਉੱਧਰ ਵੀ ਆ ਪੂਰੀ ਦੁਨੀਆਂ ਦੇ ਵਿੱਚ ਹੈ, ਇਸ ਕਰਕੇ ਜਿਹੜੇ ਸਿੱਖੀ ਦੇ ਪੈਰੋਕਾਰ ਆ ਉਹਨਾਂ ਨੂੰ ਇਸ ਪਾਸੇ ਵੱਲ ਸੋਚਣਾ ਚਾਹੀਦਾ ਤੇ ਮੂਲ ਸਿੱਖਿਆਵਾਂ ਦੇ ਉੱਪਰ ਚੱਲਣਾ ਚਾਹੀਦਾ ਜੀ। ਇਸ ਵਿਸ਼ੇ ਤੇ ਗੱਲਬਾਤ ਹੋਰ ਲੰਮੀ ਹੋ ਸਕਦੀ ਸੀ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੀ, ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।